ਖੜੇ ਤੁਸੀਂ ਸਾਰੇ ਭੱਜ ਕੇ ਜਾਣੀ ਹੁਣ ਭੱਜ ਕੇ ਜਾਣੀ ਪਾਗਲੇ ਤੁਸੀਂ ਨਾ ਇਹ ਕੰਮ ਨਿਕਲਾਉਣਾ ਪੁਲਿਸ ਆ ਗਈ ਹੈ ਛੱਡ ਦਿਓ ਸਾਰੇ ਪੁਲਿਸ ਆ ਗਈ ਖੜ ਜੋ ਕੱਲ੍ਹ ਦੀ ਗੱਲ ਹੈ ਜੀ, ਕੱਲ੍ਹ ਮੈਂ ਮੇਰੀ ਸਿਸਟਰ ਨੇ ਆਪਣੇ ਅਰਨੀਅਲ ਤੋਂ ਉਹਨਾਂ ਨੂੰ ਕਬਾਏ ਤੋਂ ਮੈਂ ਲੈਣ ਗਿਆ ਸੀਗਾ ਅਤੇ ਉੱਥੋਂ ਲੈ ਕੇ ਵਾਪਸ ਆਉਣ ਲੱਗਿਆ ਅਤੇ ਰਸਤੇ 'ਚ ਇਹਨਾਂ ਵੀ ਨਾਲ ਹੀ ਅਤੇ ਅੱਡੇ 'ਤੇ ਮੈਨੂੰ ਰੋਕ ਲਿਆ ਭਾਬੀ ਨੇ, ਪਹਿਲਾਂ ਮੇਰੇ ਇੱਟਾਂ ਮਾਰੀਆਂ ਗੱਡੀ ਨੂੰ, ਉਸ ਵਿੱਚ ਮੇਰੇ ਗੱਲ ਨੇ ਖਿੱਚ ਕੇ ਬਾਹਰ ਕੱਢਿਆ, ਬਾਹਰ ਕੱਢ ਕੇ ਉਸ ਵਿੱਚ ਮੇਰੇ ਨਾਲ ਫੋਟੋਵਾਰ ਕੀਤੀ, ਉਸ ਵਿੱਚ 5-7 ਹੋਰ ਬੰਦੇ ਆ ਗਏ, ਇੱਕ ਦਾ ਮੁੰਡਾ ਸੰਦੀਪ ਸਿੰਘ, 3 ਦਾ ਕਲਾਸ ਕੌਰ ਦਾ ਭਰਾ ਸੀਗਾ ਚਰਨਜੀਤ ਚੰਮੂ ਸਿੰਘ, ਇੱਕ ਗੁਰਪ੍ਰੀਤ ਦਾ ਸੀ, ਅਤੇ 3-4 ਦਿਨ ਹੋਰ ਸੀ ਮੇਰੇ ਗੱਲ ਪੈ ਗਈ ਅਤੇ ਮੈਂ ਸੱਟਾਂ ਮਾਰੀ, ਮੇਰੇ ਦਾਅ ਮਾਰਿਆ ਪਿੱਛੇ ਮੇਰੇ ਮਾਰੀ, ਕੋਈ ਸਰ ਕਿਸੇ ਤਰ੍ਹਾਂ ਦੀ ਕੋਈ ਕਾਰਨ ਨਹੀਂ ਸੀਗਾ, ਮੈਂ ਤਾਂ ਆਪਦਾ ਪਰਿਵਾਰ ਨੂੰ ਰਿਸ਼ਤੇ ਲੈ ਕੇ ਅਤੇ ਵਾਪਸ ਕਰਨ ਚੱਲਿਆ ਸੀ, ਅਤੇ ਅੱਗੋਂ ਨਾ ਟੇਰ ਗਿਆ, ਇੰਨਾ ਪਹਿਲਾਂ ਮਸ਼ਵਰਾ ਸੀ ਲੜਾਈ ਹੈ, ਉਹਨਾਂ ਦੀ ਡਾਂਗਾ ਰੋਡ ਸੁੱਟ ਲਿਆ, ਪਹਿਲਾਂ ਬੈਠੇ ਸੀ ਪਰਿਵਾਰ ਮੇਰਾ ਬਾਅਦ 'ਚ ਆਇਆ ਜੀ, ਇੰਨਾ ਕੋਈ ਜੋ ਕੁਛ ਬੇਸ ਬੋਲਾਂ ਜਾ ਵੀ ਨਾ ਰਾਖੀ ਵੀ ਸਾਰਾ ਕੰਮ ਇੰਨਾ ਪਹਿਲਾਂ ਹੀ ਆਪਦਾ ਰੱਖੀ ਬੈਠੇ ਸੀ ਪੁੱਟਣ ਵਾਸਤੇ, 5-6 ਜਣੇ ਸੀ, ਕਲਾਸ ਕੌਰ ਦਾ ਮੁੰਡਾ ਸੰਦੀਪ ਸਿੰਘ, ਅਤੇ ਇੱਕ ਸ਼ਮਸ਼ੇਰ ਸਿੰਘ ਜਿਹਦਾ ਭਰਾ ਸੀ ਕਲਾਸ ਕੌਰ ਦਾ, ਗੁਰਪ੍ਰੀਤ ਸੀਗਾ ਜੀ ਜਿਹੜੀ ਮੇਰੇ ਪਛਾਣ 'ਚ ਆਏ, ਪਿੱਛੋਂ ਪੈ ਗਏ ਮੈਨੂੰ ਪਤਾ ਲੱਗਿਆ, ਮੈਂ ਆਪਦੇ ਵੀ ਕਾਰ ਵੀ ਚਲਾਉਣਾ ਚਾਹੁੰਦਾ, ਮੈਨੂੰ ਖਿਆਸ ਹੈ ਗੱਲ ਦੀ ਇਨਸਾਫ ਦਵਾਵੇ ਕਿਰਪਾ ਕਰਕੇ, ਤਾਂ ਸਾਡੇ ਜ਼ਮੀਨੀ ਝਗੜਾ ਸੀ ਖੇਤ ਦਾ, ਉਦੋਂ ਸਾਡੇ ਦੇ ਨਜਾਇਜ਼ 26 ਦੇ ਪਰਚੇ ਕਰਵਾਏ ਵੀ ਐਨਕੁਆਇਰੀ ਚੱਲਦੀ ਹੈ ਜੀ, ਅਸੀਂ ਮੰਗ ਗਏ ਪ੍ਰਸ਼ਾਸਨ ਕਰਦੇ ਹਾਂ ਜੀ, ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹਨਾਂ ਦਾ ਹਥਿਆਰ ਜਾ ਗਿਆ ਜੀ ਜਮ੍ਹਾਂ ਕੀਤੇ ਜਾਣ, ਸਾਡੇ ਪਰਿਵਾਰ ਨੂੰ ਮਾਰਨ ਦੀ ਧਮਕੀਆਂ ਦਿੰਦੇ ਜੀ, ਸਟੇਟਸ ਸਾਡੇ ਕੋਲ ਆ ਜੀ, ਅਲੱਗ ਅਲੱਗ ਤਰ੍ਹਾਂ ਦਾ ਕਮੈਂਟ ਕਰਕੇ ਸਾਨੂੰ ਗਾਲਾਂ ਸਟੇਟਸ ਰਾਹੀਂ ਦੇ ਰਹੇ ਨੇ, ਕਦੋਂ ਵੀ ਕਦੇ ਛੁੱਟੀ ਲੈ ਕੇ ਆ ਗਏ ਮਾਰ ਦਿਆਂ ਛੱਡਣਾ ਜੀ, ਜਿੰਮ ਜਾਂਦਾ ਜਦੋਂ ਵੀ ਆਪਣੇ ਘਰਾਂ ਕੋਲ ਲੰਘ ਕੇ ਜਾਂਦਾ ਉਸੇ ਰੰਜਸ ਵਿੱਚ ਪਟਾਕੇ ਮਾਰ ਕੇ ਬੁਲਟ ਦੇ ਸੇਮ ਹੀ ਲੰਘਦਾ ਜੀ, ਦਰਖਾਸਤ ਲਾਈ ਸੀ ਉਦੋਂ ਸਾਡਾ ਰਾਜਨ ਹੋ ਗਿਆ ਸੀਗਾ, ਦੁਬਾਰਾ ਫਿਰ ਇੱਦਾਂ ਹੀ ਤਾਂ ਪਹਿਲਾਂ ਹੀ ਤਰ੍ਹਾਂ ਹੀ ਪਟਾਕੇ ਮਾਰ ਕੇ ਅਤੇ ਉੱਚਾ ਵੜਕਾ ਮਾਰ ਕੇ ਲੰਘਦੇ ਜੀ, ਕੱਲ੍ਹ ਵੀ ਇੱਦਾਂ ਹੀ ਨਹੀਂ ਕੀਤਾ, ਜਦੋਂ ਕੁੱਟ ਫਾੜ ਗਏ ਸਾਡੇ ਘਰਾਂ ਕੋਲ ਗਾਲਾਂ ਕੱਢ ਗਏ, ਨਾਰਾਜ਼ ਸੀ ਪਿੰਡ ਚੱਕ ਵੀ ਸੀਗੇ, ਇਹਨਾਂ ਦੇ ਮਸਲੇ ਮਤਲਬ ਉੱਥੇ ਘੁਬਾਏ ਅੱਡੇ 'ਤੇ ਹੀ ਹੋਏ ਸੀ, ਅਤੇ ਇਹ ਕਹਿੰਦੇ ਵੀ ਆਪਣੇ ਸਿਸਟਰ ਨੂੰ ਲੈਣ ਗਏ ਸੀਗੇ ਘੁਬਾਏ ਤੋਂ, ਘੁਬਾਏ ਤੋਂ ਬਾਅਦ ਜਦੋਂ ਵਾਪਸੀ ਜਾਣ ਲੱਗੇ ਘਰ ਨੂੰ, ਉਦੋਂ ਅੱਗੋਂ ਦੀ ਆ ਕੇ ਕਹਿੰਦੇ ਮਾਰਨ ਲੱਗ ਪਈ ਸ਼ੀਸ਼ੀਆਂ 'ਤੇ ਇੱਟਾਂ ਵੱਟੇ, ਅਤੇ ਪਿੱਛੋਂ ਦੀ 5-7 ਜਣੇ ਇਹਨਾਂ ਦੇ ਗਲ ਪਏ, ਮੰਗ ਬਸ ਕਾਨੂੰਨ ਤੋਂ ਇਹ ਵੀ ਜਿਹੜੀ ਬਣਦੀ ਕਾਰਵਾਈ ਹੋਵੇ, ਅਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਹਥਿਆਰ ਹੈਗੇ ਨੇ ਉਹ ਜਪਤ ਕਰਨ, ਬਈ ਆਪੋ ਆਪਦਾ ਫੈਸਲਾ ਵਧੀਆ ਤਰੀਕੇ ਨਾਲ ਹੋਵੇ, ਆਪਣਾ ਤਾਂ ਇਹੀ ਮੰਗ ਹੀ ਹੈ, ਕਾਰਨ ਇਹਨਾਂ ਦੇ ਨੇ ਸ਼ੁਰੂ ਤੋਂ ਜ਼ਮੀਨੀ ਜਾਇਦਾਦ ਚੱਲਦੇ ਪਏ ਨੇ, ਕੋਈ ਮਸਲੇ ਦੀ ਵਜ੍ਹਾ ਕਰਕੇ ਕੋਈ ਇਹਨਾਂ ਦੀ ਲੜਾਈ ਚੱਲਦੀ ਪਈ, ਕਾਫੀ ਦਿਨਾਂ ਤੋਂ ਚੱਲ ਰਹੀ, ਪਰਚੇ ਪੁਰਤੇ ਹੋਏ ਹੋਏ, ਦਰਖਾਸ਼ਤਾਂ ਦਰਖੂਸ਼ਾਂ ਥਾਣੇ 'ਚ ਸਾਰਾ ਕੁਝ ਚੱਲਦਾ, ਹਾਂਜੀ ਸ਼ਿਕਾਇਤ ਹੋਈ ਹੋਈ ਹੈ ਪੁਲਿਸ ਨੂੰ ਇੱਥੇ, ਮਤਲਬ ਸਾਰਾ ਕੁਝ ਮਤਲਬ ਜਿਹੜੀ ਬਣਦੀ ਕਾਰਵਾਈ ਸਾਡੇ ਕੋਲ ਹੁੰਦੀ ਹੈ, ਹੈ ਨਾ, ਉਹ ਅਸੀਂ ਆਪਦੇ ਹਿਸਾਬ ਨਾਲ ਇੱਥੇ ਕਰਵਾਈ ਹੋਈ। ਕੱਲ ਪਰਸੋਂ ਇਹਨਾਂ ਦਾ ਕਲਾਸ਼ ਰਾਣੀ ਤੇ ਆਪਣੇ ਰਾਜ ਸਿੰਘ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਕੋਈ ਘਰੇਲੂ ਡਿਸਪਿਊਟ ਲੈ ਕੇ ਇਹਨਾਂ ਦਾ ਉੱਥੇ ਝਗੜਾ ਹੋਇਆ ਸੀਗਾ, ਬੱਸ ਅੱਡਾ ਘਵਾਇਆ ਤੇ
ਅਤੇ ਜਿਹੜਾ ਉਸ ਸੰਬੰਧੀ ਜਿਹੜਾ ਇਹ ਦੋਨੋਂ ਧਿਰਾਂ ਐਡਮਿਟ ਹੋਈਆਂ ਨੇ ਮੈਨੂੰ ਪਤਾ ਲੱਗਿਆ। ਬਾਕੀ ਜਿਹੜਾ ਹੈ ਜਿੱਦਾਂ ਦਾ ਕੋਈ ਬਿਆਨ ਲਿਖਾਉਣ ਦੇ ਉਸ ਸੰਬੰਧੀ ਜਿਹੜੀ ਇਹ ਤਸਦੀਕ ਕਰਕੇ ਕਾਰਵਾਈ ਕੀਤੀ ਜਾਵੇਗੀ। ਹਾਂ ਉਹਦੇ ਸੰਬੰਧੀ ਅਜੇ ਬਿਆਨਾਂ 'ਚ ਪਤਾ ਲੱਗੂਗਾ ਵੀ ਕਾਰ ਲਈ ਹੈ ਜਾਂ ਨਹੀਂ, ਉਸ ਸੰਬੰਧੀ ਜਿਹੜਾ ਚੌਂਕੀ ਇੰਚਾਰਜ ਨੂੰ ਪਤਾ ਵੀ ਲਈ ਕਿ ਨਹੀਂ।